पिशौर भी फुदूर कोई पिशौर भी फुदूर भी। वेलकम बैक गाइस, स्वागत है ਤੁਹਾਡਾ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈ ਰਿਐਕਟ ਹਬ। ਮੈਂ ਤੁਹਾਡਾ ਆਪਣਾ ਅਮਨਦੀਪ, ਮੈਂ ਤੁਹਾਡਾ ਆਪਣਾ ਜਸਮੀਰ। ਅੱਜ ਦੀ ਰਿਐਕਸ਼ਨ ਵੀਡੀਓ ਹੈ ਸਿੱਧੂ ਮੂਸੇ ਵਾਲੇ ਦੇ ਨਵੇਂ ਸੌਂਗ ਤੇ, ਸੌਂਗ ਦਾ ਨੇਮ ਹੈ ਸਪੇਸ ਗੋਟ। ਸੁਣਦੇ ਆ, ਬਹੁਤ ਹੀ ਮਸਾਲਾ ਜਿਹਾ ਲੱਗਦਾ, ਜਿਹੜਾ ਕੌਂਟਰੋਵਰਸੀ ਟਾਈਮ ਦੇ ਵਿੱਚ ਹੀ ਗਾਣਾ ਛੱਡਿਆ ਗਿਆ ਨਾ, ਨਾਲ ਇੱਕੋ ਦਮ ਆਇਆ ਜਿਹੜਾ। ਹਾਂ, ਸਰਪ੍ਰਾਈਜ਼ ਹੀ ਹੈ ਇੱਕ ਤਰ੍ਹਾਂ ਦਾ, ਬੋਨਸ ਟਰੈਕ ਲਾ ਲਓ, ਪੁੱਛ ਲਾ ਲਓ, ਹੈਨਾ। ਉਸ ਹਿਸਾਬ ਦਾ ਗਾਣਾ ਤਾਂ ਪੜਾਕੇਦਾਰ ਹੋਊਗਾ ਹੀ ਉਸਤਾਦ। ਦੇਖਦੇ ਆ, ਕਰਦੇ ਆ ਇੰਜੋਏ, ਵੱਧਦੇ ਆ ਵੀਡੀਓ ਵੱਲ। ਸਟੇ ਟਿਊਨ। म्यूजिक बाय मार्सी, वीडियो बाय नवकरण ब्राड, लेबल सिद्धू मूसेवाला, तेरा दिल दानी वाला। चलो बात करते हैं गाइस, वीडियो स्टे ट्यून। नाइन एट सेवन सिक्स फाइव फोर थ्री टू वन वन। Yeah. Space code. Show mercy on it. ਆਉ ਮੈਨੂੰ ਕੱਲ ਗੱਲ ਕਿਸੇ ਬੰਦੇ ਨੇ ਸੀ ਕਹੀ, ਕਹਿੰਦਾ ਹਾਰਿਆ ਤੂੰ ਕਿਉਂਕਿ ਤੇਰੀ ਪਹਾਟੀ ਨਹੀਂ ਸਹੀ। ਮੈਂ ਕਿਹਾ ਠੀਕ ਹੈ, ਇੱਕ ਗੱਲ ਦੱਸ ਬਾਈ, ਜੇ ਐਨੀ ਸੀ ਗਲਤ ਪਹਿਲਾਂ ਤੁਸੀਂ ਕਿਉਂ ਜਿਤਾਈ, ਕਿਉਂ ਤਿੰਨ ਵਾਰ ਪਹਿਲਾਂ ਤੁਸੀਂ ਐਸੇ ਨੂੰ ਜਿਤਾਇਆ। ਸੁਣ ਮੇਰੀ ਗੱਲ, ਕੋਈ ਜਵਾਬ ਕਿਉਂ ਨਹੀਂ ਆਇਆ। ਮੈਂ ਕਿਹਾ ਇੱਥੇ ਹੀ ਪਵਾੜਾ ਹੋ ਜਾਂਦਾ, ਤੁਹਾਡਾ ਕੀਤਾ ਠੀਕ ਦੂਜਾ ਮਾੜਾ ਹੋ ਜਾਂਦਾ। ਕਿਹਨੇ ਕਿਹਦੀ ਚੁਣੀ ਸਰਕਾਰ, ਦੱਸੋ ਕੌਣ। ਹੁਣ ਮੈਨੂੰ ਲੋਕੋ ਇੱਕ ਦਾਰ, ਦੱਸੋ ਕੌਣ ਜਿੱਤ ਗਿਆ ਕੌਣ ਗਿਆ ਹਾਰ, ਦੱਸੋ ਕੌਣ। ਹੁਣ ਮੈਨੂੰ ਲੋਕੋ ਇੱਕ ਦਾਰ, ਦੱਸੋ ਕੌਣ। ਆਓ ਜਿੱਥੇ ਆਉਂਦਾ ਸੱਚ ਸਭ ਚਾੜਦੇ ਆ ਪੱਲਾ, ਇੱਥੇ ਪਹਿਲਾਂ ਬਹੁਤ ਹਾਰੇ। ਬੰਬ ਗੱਲਾਂ ਬਾਈ, ਬੰਬ ਸੀਰੀਅਸਲੀ। ਉਹਨੇ ਇਹ ਪੋਲੀਟੀਸ਼ਨ ਬਾਰੇ ਜੋ ਨਾ ਜੋ ਗੱਲਾਂ ਹੋਈਆਂ ਇਹਦੇ ਨਾਲ, ਕਿ ਦੋ ਪਾਰਟੀ ਚੋਲੀ ਇਹ ਚੁਣੀ ਉਹ ਚੁਣੀ, ਹਾਂ ਪਹਿਲਾਂ ਦੰਗੇ ਜੋ ਵਗੈਰਾ ਜੋ ਵੀ ਹੋਇਆ ਸੀ ਨਾ, ਉਹ ਕਹਿ ਰਿਹਾ ਕਹਿੰਦਾ ਪਹਿਲਾਂ ਜਿਤਾਈ ਕਿਉਂ ਸੀ ਤੁਸੀਂ। ਗੱਲ ਹੋਈ ਵੀ ਤਿੰਨ ਸਾਲ, ਤਿੰਨ ਵਾਰ, ਤਿੰਨ ਸਾਲ ਨਹੀਂ ਮਤਲਬ ਤਿੰਨ ਵਾਰ ਜਿਤਾਈ ਆ, ਕਿਹਨੇ ਜਿਤਾਈ ਆ, ਠੀਕ ਆ। ਉਦੋਂ ਕੌਣ ਗੱਦਾਰ ਸੀ ਕਹਿੰਦਾ, ਠੀਕ ਆ। ਉਹ ਇਹਨੂੰ ਜੱਜ ਕੀਤਾ ਗਿਆ ਬਹੁਤ ਵਾਰ ਉਦੋਂ, ਹਨਾ, ਠੀਕ ਆ। ਬੰਦੇ ਨੇ ਗੱਲ ਇਹਨੇ ਆਪਣਾ ਪੱਖ ਰੱਖਿਆ, ਹਰ ਇੱਕ ਦਾ ਆਪਣਾ ਆਪਣਾ ਪੁਆਇੰਟ ਆਫ ਵਿਊ ਹੁੰਦਾ, ਹਨਾ। ਚਲੋ ਦੇਖਦੇ ਅੱਗੇ। ਲੋਕਾਂ ਬਹੁਤ ਸੱਚਿਆਂ ਦੀ ਗੋਰ ਨੀ ਲਵਾਈ, ਇੰਨਾ ਦੋਗਲੇ ਆ ਬੀਬੀ ਖਾਲੜਾ ਹਰਾਈ, ਜਿਹਦੇ ਨਾਲ ਤੁਰੇ ਸੀ ਕਿਸਾਨ ਨੂੰ ਹਰਾਇਆ, ਇੰਨਾ ਨੇ ਸਿਮਰਜੀਤ ਮਾਨ ਨੂੰ ਹਰਾਇਆ। ਬੰਬ ਗੱਲਬਾਤ, ਬੰਬ ਵਾਕਈ ਆ, ਰਿਐਲਿਟੀ ਆ ਬਈ। ਹਾਂ ਹੁਣ ਦੱਸੋ ਬਾਕੀ, ਇਹ ਤਾਂ ਬਾਕੀ ਬਹੁਤ ਸਹੀ ਹੈਗਾ ਨਾ ਆ ਗੱਲਬਾਤ ਬਈ। ਬੜੀਆਂ ਗੱਲਾਂ ਕੀਤੀਆਂ, ਫਲਾਨਾ ਕਰਦਾ ਜਿੱਦਾਂ ਦਾ, ਮੈਂ ਵੀ ਪਾਈਆਂ ਸੀ ਉਸ ਸਟੋਰੀਆਂ। ਸਾਡੇ ਏਰੀਏ ਦੇ ਵਿੱਚ ਨਹੀਂ ਸੀ ਸਿਮਰਜੀਤ ਮਾਨ, ਠੀਕ ਆ, ਪਰ ਅਸੀਂ ਜਿੰਨਾ ਸਾਡੇ ਤੋਂ ਹੋਇਆ ਅਸੀਂ ਸਪੋਰਟ ਆਪਣੇ ਸੋਸ਼ਲ ਮੀਡੀਆ ਤੋਂ ਕਰਦੇ ਰਹੇ। ਸਪੈਸ਼ਲ ਪਾਈ ਸੀ ਮੈਂ ਕਿਹਾ, ਲੱਕ ਸਾਰੇ ਦੂਜੀ ਪਾਰਟੀ ਜਿੱਤ ਗਈ, ਕੋਈ ਚੱਕਰ ਨਹੀਂ, ਕੰਗ੍ਰੈਚੁਲੇਸ਼ਨ ਉਹਨਾਂ ਨੂੰ, ਪਰ ਇਹ ਬੰਦਾ ਜਿੱਤਣਾ ਚਾਹੀਦਾ ਸੀ। ਚਾਹੇ ਆਮ ਜਿੱਤਿਆਂ ਦੀ, ਚਾਹੇ ਕਾਂਗਰਸ, ਚਾਹੇ ਅਕਾਲੀ, ਕੋਈ ਗੱਲ ਨਹੀਂ, ਸਹੀ ਗੱਲ ਬਾਈ, ਇਹ ਬੰਦਾ ਜਿੱਤਣਾ ਚਾਹੀਦਾ। ਇਸ ਬੰਦੇ ਨੇ ਹੁਣ ਗੱਲ ਜਿਹੜੀ ਕਹੀ ਹੈ ਨਾ, ਕਿ ਹਾਂ ਹੁਣ ਦੱਸੋ, ਠੀਕ ਆ ਵੀ ਮੈਂ ਤਾਂ ਪਾਰਟੀ ਦੂਜੀ ਚੁਣ ਲਈ ਸੀ, ਸਵਾਲ ਪੁੱਛਿਆ ਉਹੀ ਗੱਲ ਕਹਿ ਰਿਹਾ ਕਿ ਵੀ ਮੈਂ ਤਾਂ ਪਾਰਟੀ ਦੂਜੀ ਚੁਣ ਲਈ ਸੀ, ਠੀਕ ਆ, ਮੈਨੂੰ ਤਾਂ ਹਰਾ ਤਾ ਤੁਸੀਂ, ਜਿਹੜੇ ਬੰਦਾ ਠੀਕ ਆ ਉਹ ਪਾਰਟੀ ਦੇ ਵਿੱਚ ਹੀ ਨਹੀਂ ਸੀ, ਨਾ ਕਾਂਗਰਸ ਸੀ, ਨਾ ਅਕਾਲੀ ਚ ਸੀ, ਨਾ ਆਮ ਆਦਮੀ ਸੀ, ਉਹ ਕਿਉਂ ਹਰਾਇਆ? ਕਿਸਾਨ ਕਹਿੰਦਾ ਜਿਹਦੇ ਨਾਲ ਤੁਸੀਂ ਤੁਰੇ, ਉਹ ਵੀ ਹਰਾ ਤਾ। ਮੇਰੇ ਇਤਿਹਾਸ ਦੀ ਆਪ ਤਾਂ ਖੜੇ ਖੜਾ, ਕਹਿੰਦਾ ਆਪ ਤਾਂ ਖੜੇ ਵੀ ਬੰਬ ਲਿਰਿਕਸ, ਬੰਬ ਕੰਪੋਜੀਸ਼ਨ, ਸਿੱਧੂ ਮੂਸੇ ਵਾਲਾ, ਸਿੱਧੂ ਮੂਸੇ ਵਾਲਾ ਹੀ ਆ ਵਾਕਈ ਵਾਕਈ ਉਸਤਾਦ, ਠੀਕ ਆ। ਕਹਿੰਦਾ ਹਾਂ ਮੈਂ ਹਾਰਿਆ, ਜਿੱਤ ਖੜਾ ਸੀ ਤਾਂ ਹੀ ਹਾਰਿਆ, ਠੀਕ ਆ। ਲੋਕੀ ਕਹਿੰਦਾ ਖੜੇ ਵੀ ਨਹੀਂ ਹੋਏ, ਹਾਰੇ ਵੀ ਨਹੀਂ, ਉਈ ਹੱਸੀ ਜਾਂਦੇ। ਗੱਲ ਸੱਚੀ ਆ, ਲੋਕਾਂ ਜਿੱਤ ਦੀ ਇੰਨੀ ਮਸ਼ਹੂਰੀ ਨਹੀਂ ਜਿੰਨੀ ਇਹਦੀ ਹਾਰ ਜਾਂਦੀ ਆ।
ਚਰਚੇ ਮਸ਼ਹੂਰੀ ਨਹੀਂ ਚਰਚੇ जे तुसी आप चंगे होंगे ना जे असी आप चंगे तो सिमरजीत मान जिते होंगे अज बिलकुल सही है कि नहीं ते लोकी गल्ला एक एक स्टेप ते जा रहे जेडे वे वे ते जा रहे ना सुनो फील करो गल नू नोट करो गल नू ठीक है हसदे आ लोकी इनू जज करी गए ठीक है इनू पार्टी करके बोली गए ठीक है आप खड़े भी नहीं हुए सही है सिमरजीत मान नू हराता ठीक है दीप सिद्धू नू भुल गए ठीक है बहुत गल्ला ने बई जिहड़ी इह गाणे नू पहला एंजॉय ना करियो इनू समझियो समझियो अमल करियो गाणे दे उत्ते कमाल वालियां गल्लां बहाने उत्ते रहो हुण जिन्ना नू जताया माड़ा इन्हां नू ना कहो क्योंकि रहना इत्थे इही कदे वधणी नहीं रहिज ओही सरकारां कल्ला लोगो होया चेंज जो राज सभा होया जिम्मेवार दसो कौण आओ मेरी छड़ो गल मैं ता लिया सी स्टैंड आओ पछड़े हुए लोकां दा बनाता सी ब्रांड धन्यवाद उन्हां दा जो लेसन सिखाया मैं जिन्हां नू जताया मैनू उन्हां ने हराया मैं जितया नहीं सिरा बाकी जिन्हां नू कोई जानदा तक नहीं इक ब्रांड बना दे फक उन्हें ठोक के गया रियलिटी फैक्ट अपने वालों जिथे रहिंदे ओह दसदे अपने एरिए दी सच्चाई सही है केड़े केड़े बंदिया ने स्टैंड एक ब्रांड बनाता ठीक है एरिए नू सही है बिलकुल फिर भी उन्होंने इहदी बात नहीं पुछी कोई सपोर्ट नहीं हाँ ठीक है जदों तक इंटरव्यू वाले जाई जाते सिद्धू नूं सपोर्ट करते हो हाँ जी ठोक के करते अपना ही मुंडा जी जे जी वो जी फिर वोटा क्यों नहीं पाईया ये गाना सुन के ना एग्रेसिव रिएक्शन आ रहा करते हाँ सानू एग्रेसिव रिएक्शन आ रहा ठीक है इंजॉय भी हो रहा म्यूजिक के हिसाब से ठीक है इंटरटेनमेंट के तौर पर लीए तो इंजॉय भी हो रहा बट उन्हां लोकां दे लई ये चीज बहुत समझने वाली तो अमल करने वाली है जिन्हें तो यह गाया गया खास करके जेड़े पिंड की गल हो रही हूँ ठीक है उन्होंने थोड़ा जा बई शर्म होनी चाहिए सीधी गल है बई ठोक के शर्म होनी पता ही मोसा कदे कदे नहीं सुने असी आपा तो नहीं सुने चलो तबाही है भाई तबाही तोते उड़ गए तोते पूंछा चकातियां पूंछा कंधा ते चाड़तियां बहुत डूंगियां गल्लां ने हले हले मुक्या नहीं पीस आउट दिल दा नहीं माड़ा तेरा सिद्धू मूसे वाला ठीक है भाई बाकी यार पता नहीं की बंदे ने की पता थोड़े की सोचा ही ओबियसली यार की सोचा होना उन्हें ठीक है पैसा भी है फेम भी है पीक ते नाम चलता पे अज ट्रेलर भी कट दे ना भी बंदा अरबा अरबा खरबा कही करोड़ा लखा कमा लैंदा ठीक
ਐਲਬਮ ਕੱਢੀ ਠੀਕ ਆ ਇੰਨੇ ਗਾਣੇ ਕੱਢੇ 25 ਗਾਣੇ ਕੱਢੇ ਸਹੀ ਐਲਬਮ ਦੇ ਵਿੱਚ ਬਾਈ ਸਭ ਤੋਂ ਵੱਧ ਪੈਸਾ ਕਮਾਇਆ ਐਲਬਮ 'ਚ ਤੇ ਜਿਹੜੇ ਬੰਦੇ ਕੋਲ ਪੈਸਾ ਵੀ ਹੈ ਸਿਕਿਉਰਿਟੀ ਵੀ ਹੈ ਸਹੀ ਆ ਕਿੱਡਾ ਟੌਪ ਦਾ ਕਲਾਕਾਰ ਆਰਟਿਸਟ ਆ ਬਾਈ ਸਿਕਿਉਰਿਟੀ ਵੀ ਹੈ ਪੈਸਾ ਵੀ ਹੈ ਨਾਮ ਵੀ ਹੈ ਸ਼ੋਹਰਤ ਵੀ ਆ ਰਿਸਪੈਕਟ ਵੀ ਆ ਕੰਟਰੋਵਰਸੀ ਵੀ ਆ ਹੇਟਰ ਵੀ ਨੇ ਫੈਨ ਵੀ ਨੇ ਸਹੀ ਆ ਤਾਂ ਉਹ ਬੰਦੇ ਨੂੰ ਕਾਹਦੀ ਚੌਧਰ ਬਾਈ ਜਿਹੜੇ ਲੋਕੀ ਕਹੀ ਜਾਂਦੇ ਐਮ ਐਲ ਏ ਤਾਂ ਬਣਨ ਲੱਗਿਆ ਕਿ ਇਹਨੂੰ ਚੌਧਰ ਚਾਹੀਦੀ ਯਾਰ ਇੱਕ ਪਿੰਡ ਤੋਂ ਨੇ ਗਾਇਨ ਦਾ ਉਹ ਇੰਨਾ ਪੈਸਾ ਆਲਰੇਡੀ ਕਮਾ ਰਿਹਾ ਉਹਨੇ ਕੀ ਕਮਾ ਲੈਣਾ ਪਿੰਡ ਚੋਂ ਕੀ ਕਮਾ ਲੈਣਾ ਜੀ ਉਹ ਕੀ ਪਤਾ ਯਾਰ ਪਿੰਡ ਹੀ ਐਸਾ ਬਣਾਉਣ ਦਾ ਵਾਲਾ ਬਾਹਰ ਜਾਣ ਦੀ ਨਾ ਲੋੜ ਪੈਂਦੀ ਕਦੇ ਆਪਾਂ ਸਾਡੇ ਏਰੀਏ ਦੇ ਲਾਗੇ ਇੱਕ ਪਿੰਡ ਆ ਬਾਈ ਠੀਕ ਆ ਸਰਕਾਰਾਂ ਨੇ ਨਿਗੋ ਕੀਤਾ ਉੱਥੇ ਬਾਹਰਲੇ ਬੰਦਿਆਂ ਨੇ ਜਿਵੇਂ ਜਿਵੇਂ ਸਿੱਧੂ ਆ ਨਾ ਉੱਦਾਂ ਹੀ ਇੱਕ ਮੁੰਡੇ ਬੰਦਿਆਂ ਨੇ ਇੱਕ ਫੈਮਿਲੀ ਨੇ ਪੂਰਾ ਪਿੰਡ ਬਾਈ ਪੂਰਾ ਪਿੰਡ ਪੇਂਟਿੰਗ ਬਣਾਈ ਹੋਈਆਂ ਪੂਰੇ ਪਿੰਡ ਚ ਡਾ ਸਾਰਾ ਪਿੰਡ ਆ ਪਾਰਕਾਂ ਪੇਂਟਿੰਗ ਹਰ ਘਰ ਦੇ ਉੱਤੇ ਵਾਲ ਦੇ ਉੱਤੇ ਹਰ ਗਲੀ ਤੇ ਹਰ ਸ਼ੋਪ ਤੇ ਪੇਂਟਿੰਗ ਆ ਮੀਨਿੰਗਫੁਲ ਤੇ ਉਹ ਪੇਂਟਿੰਗਾਂ ਬਾਈ ਜੀ ਗੋਰਿਆਂ ਨੇ ਬਣਾਈਆਂ ਇੱਥੇ ਆ ਕੇ ਪਿੰਡ ਚ ਕਿਸੇ ਆਮ ਬੰਦਿਆਂ ਨੇ ਨਹੀਂ ਬਣਾਈਆਂ ਤੇ ਕਿਹਨਾਂ ਨੇ ਕੀਤਾ ਇੱਕ ਪਿੰਡ ਦੇ ਬੰਦੇ ਨੇ ਕੀਤਾ ਸਾਥ ਦਿੰਦੇ ਯਾਰ ਤੂੰ ਤਾਂ ਸਾਥ ਹੀ ਨਹੀਂ ਦਿੱਤਾ ਮਜ਼ਾਕ ਬਣਾਤਾ ਬੰਦੇ ਦਾ ਨਾ ਹੱਸੀ ਗਏ ਜਿਹੜੇ ਹੱਸੀ ਗਏ ਆ ਤਾਂ ਉਹਨਾਂ ਦੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਤੁਸੀਂ ਖੜੇ ਤਾਂ ਹੋਵੋ ਤੁਸੀਂ ਬੰਦੇ ਦੀ ਇਹ ਚੀਜ਼ ਇਹ ਫੀਲਡ ਦੇ ਵਿੱਚ ਆ ਕੇ ਦੇਖਦਾ ਹੀ ਉਹਨੇ ਕੀ ਕੀ ਸਿਆ ਕੀ ਉਹਦੇ ਤੇ ਐਲੀਗੇਸ਼ਨ ਲੱਗੀ ਐਕਚੁਅਲ ਜਨਾਬ ਉਹ ਇਹ ਚੀਜ਼ ਇਹੀ ਕਰਕੇ ਦੇਖ ਲੈਣਾ ਉਹ ਕਿਤੇ ਜਾ ਕੇ ਕਹਿ ਕੇ ਦੇਖ ਲੈਣੇ ਦੇ ਪਿੰਡ ਵਾਲੇ ਕਿ ਹਾਂ ਅਸੀਂ ਉਹ ਸਿੱਧੂ ਦੇ ਘਰਾਂ ਦੇ ਨਾਲ ਰਹਿੰਦੇ ਹਾਂ ਕਹਿੰਦੇ ਹੋਣੇ ਆ ਉਸਤਾਦ ਫਾਇਦਾ ਜ਼ਰੂਰ ਲੈਂਦੇ ਉਹਨਾਂ ਦੇ ਨਾਲ ਦਾ ਕਹਿੰਦੇ ਹੋਣੇ ਆ ਉਹ ਜਿਹੜੀ ਐਂਡ ਤੇ ਲੈਣ ਲੱਗੀ ਨਾ ਲੋ ਅਤੇ ਪਸ਼ੌਰ ਵਾਲੀ ਉਹ ਵਾਕਈ ਆ ਵਾਕਈ ਵਾਕਈ ਇੰਟਰਵਿਊ ਲੈਣ ਜਾਂਦੇ ਲੋਕੀ ਉੱਥੇ ਆ ਸਤਿ ਸ੍ਰੀ ਅਕਾਲ ਜੀ ਆਹ ਸਾਡਾ ਹੀ ਮੁੰਡਾ ਸਿੱਧੂ ਆਹ ਸਾਡਾ ਹੀ ਆ ਜੀ ਸਾਡਾ ਨਾਮ ਰੋਸ਼ਨ ਕਰਤਾ ਸਾਡਾ ਹੀ ਆ ਜੀ ਜਦੋਂ ਤੁਹਾਡੇ ਸਾਥ ਦੀ ਲੋੜ ਸੀ ਤੁਸੀਂ ਹਾਥੀ ਕਮਾ ਲਏ ਉਹਨੂੰ ਕੋਈ ਫਰਕ ਤਾਂ ਨਾ ਪੈਣਾ ਯਾਰ ਪਰ ਆ ਦੇਖ ਹੁਣ ਮੇਰੀ ਗੱਲ ਹੋ ਰਿਹਾ ਮੇਰੀ ਗੱਲ ਸੁਣ ਫਰਕ ਨਹੀਂ ਪੈਣਾ ਤੂੰ ਕਹਿ ਰਿਹਾ ਠੀਕ ਹੈ ਤੂੰ ਆ ਨਹੀਂ ਨਹੀਂ ਮੈਂ ਕਹਿੰਦੀ ਨਹੀਂ ਮੈਂ ਗੱਲ ਦੱਸਦਾ ਤੂੰ ਆ ਠੀਕ ਹੈ ਤੂੰ ਆਪਣੇ ਪਿੰਡ ਲਈ ਕੁਝ ਕਰਨਾ ਚਾਹ ਰਿਹਾ ਤੇਰੇ ਪਿੰਡ ਵਾਲੇ ਤੇਰਾ ਸਾਥ ਨਾ ਦਵੇ ਤੈਨੂੰ ਤਾਂ ਫੀਲ ਹੋਊਗਾ ਨਾ ਫਰਕ ਤੈਨੂੰ ਫਰਕ ਤੈਨੂੰ ਇਹ ਪੈਣਾ ਅੰਦਰੋਂ ਕਿ ਯਾਰ ਹੱਦ ਹੋ ਗਈ ਮੈਂ ਜਿਹਨਾਂ ਦਾ ਜਿਹਨਾਂ ਬਾਰੇ ਸੋਚਿਆ ਜਿਹਨਾਂ ਬਾਰੇ ਮੈਂ ਖੜਾ ਹੋਇਆ ਜਿਹਨਾਂ ਪਰ ਕਰਕੇ ਮੈਂ ਇੰਨੀਆਂ ਗੱਲਾਂ ਸੁਣੀ ਜਾ ਰਿਹਾ ਉਹੀ ਬੰਦੇ ਮੇਰੇ ਉਹੀ ਬੰਦੇ ਮੇਰਾ ਸਾਥ ਛੱਡ ਇਹ ਵੀ ਗੱਲ ਆ ਇੱਕ ਦੂਜੀ ਗੱਲ ਇਹ ਵੀ ਆ ਫਰਕ ਉਹਨੂੰ ਕੀ ਪੈਣਾ ਜੀ ਜੋ ਪਿੰਡ ਛੱਡ ਕੇ ਚੱਲਣਾ ਅਗਲਾ ਕਿਉਂ ਪਿੰਡ 'ਚ ਰਹਿ ਰਿਹਾ ਜੀ ਉਹ 'ਚ ਕੋਈ ਉਹਦਾ ਚੱਲ ਉਹ ਤਾਂ ਉਹ ਇੱਕ ਉਹ ਮੈਟਰ ਆ ਗਿਆ ਕਿ ਉਹ ਕਹਿੰਦਾ ਕਿ ਮੈਂ ਖੁਸ਼ ਇੱਥੇ ਹਾਂ ਪਿੰਡ 'ਚ ਪਰ ਫਿਰ ਵੀ ਜਨਤਾ ਨੇ ਪਿੰਡ ਕਿੱਥੇ ਪਹੁੰਚਾਤਾ ਜੀ ਬਾਈ ਕਿੱਥੇ ਪਹੁੰਚਾਤਾ ਸੀ ਨਹੀਂ ਪਹੁੰਚਾਤਾ ਹੈ ਹਜੇ ਵੀ ਬਾਈ ਕਾਲੇ ਉਹਦੇ ਪਿੰਡ 'ਚ ਰਹਿਣ ਕਰਕੇ ਗੋਰੇ ਕਾਲੇ ਉਹਨੇ ਬੰਬੇ ਵਾਲੇ ਬੰਬੇ ਤਾਂ ਫਿਰ ਉਹ ਗੱਲ ਹੋ ਗਈ ਛੋਟੀ ਆ ਗਈ ਨਾ ਜੇ ਜਿੱਥੇ ਆਪਾਂ ਗੱਲ ਹੀ ਲੈ ਕੇ ਬਾਹਰ ਸਹੀ ਆ ਜਿੱਥੇ ਗੱਲ ਹੀ ਫੋਰਨ ਆ ਗਈ ਉੱਥੇ ਤਾਂ ਬੰਬੇ ਕੁਛ ਵੀ ਨਹੀਂ ਆਉਂਦੀ ਗੱਲ ਦੇਖ ਯਾਰ ਗੋਰੇ ਕਾਲੇ ਉਹ ਸਟੈਫਨ ਹਾਂ ਉਹ ਗੱਲਾਂ ਕਰਦੇ ਮੂਸੇ ਪਿੰਡ ਦੀਆਂ ਬਾਕੀ ਬਾਈ ਲੋਕੀ ਯਾਰ ਤੂੰ ਇਹ ਦੇਖ ਆਪਾਂ ਸੀਰੀਅਸਲੀ ਨਹੀਂ ਦੇਖਿਆ ਕਿਹੜੇ ਪਿੰਡ ਦੇ ਸਾਈਨ ਬੋਰਡ ਨਾਲ ਤੂੰ ਫੋਟੋਆਂ ਦੇਖੀ ਸਹੀ ਗੱਲ ਆ ਲੋਕ ਸਹੀ ਗੱਲ ਸਾਈਨ ਬੋਰਡ ਨਾਲ ਫੋਟੋ ਵਿੱਚ ਜਾਂਦੇ ਉਹ 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 ਰਿਐਲਿਟੀ ਆ ਜਿਹੜਾ ਟਿੱਬਿਆਂ ਦੇ ਪੁੱਤ ਗਾਣਾ ਉਹ 'ਚੋਂ ਜਾ ਕੇ ਉਹ ਕਹਿੰਦੇ ਉਹ ਬੋਰਡ ਦੇ ਨਾਲ ਫੋਟੋ ਖਿਚਾਉਂਦੇ ਹੁੰਦੇ ਆ ਹਾਂ ਉਹ ਸਿੱਧੂ ਬਾਈ ਹੈ ਆਪਣਾ ਆ ਜਾਓ ਮਿਲਵਾ ਦੂੰ ਜੇ ਉਹ ਚਲੋ ਇੱਦਾਂ ਹੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਦੱਸਿਓ ਕਿਵੇਂ ਲੱਗਿਆ ਰਿਐਕਸ਼ਨ ਬਾਕੀ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਘੰਟੀ ਵਾਲਾ ਬਟਨ ਨਹੀਂ ਵੀ ਦੱਬਣਾ ਕੋਈ ਚੱਕਰ ਨਹੀਂ ਸਟੇ ਟਿਊਨ ਕਿੱਦਣ ਸਬਸਕ੍ਰਾਈਬ